ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਤੇ, ਅਸਲਾਮ ਵਾਲੇਕੁਮ, ਗ੍ਰੀਟਿੰਗਸ ਆਫ ਦਾ ਡੇ। ਵਿਦਿਆਰਥੀ ਬਹੁਤ ਇੰਤਜ਼ਾਰ ਕਰਦੇ ਸੀ ਕਿ ਕੀ ਤਰੀਕਾਂ ਵਧੀਆਂ ਕਿ ਨਹੀਂ ਵਧੀਆਂ। ਕਾਫੀ ਵਿਦਿਆਰਥੀਆਂ ਦੇ ਕਮੈਂਟਸ ਆਏ ਸੀ ਕਿ ਅਸੀਂ ਆਪਣੀ ਐਡਮਿਸ਼ਨ ਜਿਹੜੀ ਆ ਉਹ ਕਰਾਉਣੀ ਹੈ ਜਾਂ ਐਗਜ਼ਾਮੀਨੇਸ਼ਨ ਫੋਰਮ ਜਿਹੜੇ ਉਹ ਭਰਨੇ ਆ, ਤਾਂ ਕਿੰਨੀ ਫੀਸ ਲੱਗੂਗੀ, ਕਿ ਮੈਂ ਭਰ ਸਕਦੀ ਹਾਂ ਜਾਂ ਨਹੀਂ ਭਰ ਸਕਦੀ। ਤਾਂ ਮੇਰੇ ਵਿਦਿਆਰਥੀ ਸਾਥੀਓ, ਜਿਹੜੀ ਵਿਦਆਊਟ ਲੇਟ ਫੀਸ ਹੈ, ਯੂਨੀਵਰਸਿਟੀ ਨੇ ਅੰਡਰ ਗ੍ਰੈਜੂਏਟ ਕੋਰਸਾਂ ਲਈ 8 ਦਸੰਬਰ ਕਰ ਦਿੱਤੀ ਗਈ ਹੈ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ 17 ਦਸੰਬਰ ਕਰ ਦਿੱਤੀ ਹੈ। ਅੰਡਰ ਗ੍ਰੈਜੂਏਟ ਕੋਰਸ ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਨਾਲ ਬੀ ਲੱਗਦਾ, ਜਿਵੇਂ BA, BSc, BBA ਅਤੇ BEd। ਇਹ ਜਿਹੜੇ ਨੇ ਇਹ ਅੰਡਰ ਗ੍ਰੈਜੂਏਟ ਕੋਰਸਿਸ ਨੇ। BA LLB ਇਟਸੈਲਫ ਇੱਕ ਅੰਡਰ ਗ੍ਰੈਜੂਏਟ ਕੋਰਸ ਹੈ। ਅਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਆਪਣੇ ਕੋਲ ਪੋਸਟ ਗ੍ਰੈਜੂਏਟ ਕੋਰਸਿਸ ਜਿਹੜੇ ਆਉਂਦੇ ਨੇ। ਪੋਸਟ ਗ੍ਰੈਜੂਏਟ ਕੋਰਸਿਸ ਵਿੱਚ MA, MSc, MCA ਇਹ ਸਾਰੇ ਆ ਜਾਂਦੇ ਨੇ, MBA ਇਹ ਸਾਰੇ ਸਾਡੇ ਪੋਸਟ ਗ੍ਰੈਜੂਏਟ ਕੋਰਸਿਸ ਨੇ। ਤਾਂ ਪੋਸਟ ਗ੍ਰੈਜੂਏਟ ਕੋਰਸਾਂ ਲਈ 17 ਦਸੰਬਰ ਤੱਕ ਤੁਸੀਂ ਫੀਸ ਆਪਣੀ ਜਮ੍ਹਾਂ ਕਰਾ ਸਕਦੇ ਹੋ ਨਵੇਂ ਦਾਖਲਿਆਂ ਦੀ। ਵਿਦਆਊਟ ਲੇਟ ਫੀ, ਵਿਦ ਲੇਟ ਫੀ 15 ਦਸੰਬਰ UG ਕੋਰਸ ਜਿਹੜੇ ਆ 275 ਫੀਸ ਲੱਗੂਗੀ ਤੁਹਾਡੀ, ਜਿਹੜਾ ਕਿ ਸੈਕਿੰਡ ਕੋਲਮ ਹੈ। ਸੈਕਿੰਡ ਕੋਲਮ ਦੇ ਵਿੱਚ ਜੇ ਆਪਾਂ ਦੇਖੀਏ ਤਾਂ PG ਕੋਰਸਾਂ ਦੀ, UG ਕੋਰਸਾਂ ਦੀ 15 ਦਸੰਬਰ 275 ਫੀਸ ਲੱਗੂਗੀ ਅਤੇ PG ਕੋਰਸਾਂ ਦੀ 24 ਦਸੰਬਰ ਤੱਕ 275, ਭਾਵ ਤੁਹਾਡੇ ਜਿਹੜੇ ਰਿਜ਼ਲਟ ਨੇ ਉਹ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਸਾਰੇ ਆ ਜਾਣਗੇ। ਤਾਂ ਹੀ ਉਹਨਾਂ ਨੇ 17 ਦਸੰਬਰ ਦਿੱਤੀ ਹੈ, 7 ਦਿਨ ਦਿੱਤੇ ਨੇ ਤੁਹਾਨੂੰ ਨੈਕਸਟ, ਕਿ ਤੁਸੀਂ ਰਿਜ਼ਲਟ ਜਿਹੜਾ ਆ ਉਹ ਇੰਨੀ ਕਾਹਲੀ ਨਾ ਕਰੋ। ਰਿਜ਼ਲਟ ਦੀ ਰਿਜ਼ਲਟ ਜਿਹੜੇ ਆ ਤੁਹਾਡੇ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਆ ਜਾਣਗੇ ਸਾਰੇ ਰਿਜ਼ਲਟਸ। ਅਤੇ ਲੇਟ ਫੀਸ ਜਿਹੜੀ ਆ ਉਹ ਭਰਨੀ ਜ਼ਰੂਰੀ ਨਹੀਂ ਹੁੰਦੀ, ਤੁਸੀਂ ਸਮਾਂ ਰਹਿੰਦਿਆਂ ਹੀ ਆਪਣੇ ਜਿਹੜੇ ਐਡਮਿਸ਼ਨ ਉਹ ਕਰਵਾ ਲਿਓ। ਇਹ ਸਾਰੀ ਸਾਰਨੀ ਜਿਹੜੀ ਇਹਦਾ ਸਕਰੀਨਸ਼ੋਟ ਖਿੱਚ ਕੇ ਤੁਸੀਂ ਰੱਖ ਲਿਓ। ਸਕਰੀਨਸ਼ੋਟ ਖਿੱਚਣ ਦਾ ਇਹ ਫਾਇਦਾ ਹੁੰਦਾ ਕਿ ਤੁਹਾਨੂੰ ਵਾਰ ਵਾਰ ਵੀਡੀਓ ਦੇ ਵਿੱਚ ਨਹੀਂ ਆਉਣਾ ਪੈਂਦਾ, ਤੁਸੀਂ ਸਕਰੀਨਸ਼ੋਟ ਖਿੱਚ ਕੇ ਰੱਖ ਸਕਦੇ ਹੋ ਅਤੇ ਦੇਖ ਸਕਦੇ ਹੋ। ਜੇ ਤੁਹਾਡੀ ਮਰਜ਼ੀ ਹੈ ਤਾਂ ਤੁਸੀਂ ਸਕਰੀਨਸ਼ੋਟ ਨਹੀਂ ਵੀ ਖਿੱਚ ਸਕਦੇ ਅਤੇ ਵੀਡੀਓ ਵਾਰ ਵਾਰ ਦੇਖ ਸਕਦੇ ਹੋ। ਵੀਡੀਓ ਨੂੰ ਵਟਸਐਪ ਦੇ ਰਾਹੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਇਹ ਜਿਹੜੀ ਇਨਫੋਰਮੇਸ਼ਨ ਹੈ, ਲੈਟਰ ਜਿਹੜੀ ਹੈ, ਇਹ ਸਾਡੇ ਕਾਲਜ ਦੇ ਐਡਮਿਨਿਸਟ੍ਰੇਸ਼ਨ ਗਰੁੱਪ ਦੇ ਵਿੱਚ ਆਈ ਸੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਿਹੜੇ ਕੰਟਰੋਲਰ ਐਗਜ਼ਾਮੀਨਰ ਨੇ ਉਹਨਾਂ ਵੱਲੋਂ ਭੇਜੀ ਗਈ ਸੀ। ਇਹਦਾ ਜਿਹੜਾ ਨੰਬਰ ਹੈ ਉਹ ਨੰਬਰ ਹੈ 6999779C, ਅਤੇ ਇਹ 25/11/2020 ਨੂੰ ਲੈਟਰ ਜਿਹੜੀ ਆ ਰਿਲੀਜ਼ ਹੋਈ ਹੈ ਅਤੇ ਗਰੁੱਪਸ ਦੇ ਵਿੱਚ ਕੱਲ੍ਹ ਪਾ ਦਿੱਤੀ ਗਈ ਸੀ। ਕੱਲ੍ਹ ਗਰੁੱਪਸ ਦੇ ਵਿੱਚ ਪਈ ਹੈ ਅਤੇ ਆਪਾਂ, ਕਿਉਂਕਿ ਸ਼ਾਮੀ ਪਈ ਸੀ, ਸ਼ਾਮ ਦੀ ਵੀਡੀਓ ਤਿਆਰ ਸੀਗੀ, ਇਹ ਵੀਡੀਓ ਜਿਹੜੀ ਹੈ ਇਹ ਅੱਜ ਸਵੇਰ ਲਈ ਵੀਡੀਓ ਬਣਾਈ ਆਪਾਂ। ਉਮੀਦ ਕਰਦਾ ਤੁਸੀਂ ਇਹ ਵਟਸਐਪ ਦੇ ਰਾਹੀਂ ਸ਼ੇਅਰ ਕਰੋਗੇ ਆਪਣੇ ਵਿਦਿਆਰਥੀ ਸਾਥੀਆਂ ਦੇ ਨਾਲ। ਚੜ੍ਹਦੀ ਕਲਾ ਵਿੱਚ ਰਹੋ, ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਿਓ। ਹੋਰ ਇਨਫੋਰਮੇਸ਼ਨ ਜੋ ਚਾਹੀਦੀ ਹੁੰਦੀ ਹੈ ਉਹਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ, ਸਾਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰਕੇ ਦੱਸ ਦਿਆ ਕਰੋ ਕਿ ਸਾਨੂੰ ਇਸ ਬਾਬਤ ਇਨਫੋਰਮੇਸ਼ਨ ਜਿਹੜੀ ਆ ਉਹ ਲਿਆ ਕੇ ਦਿਓ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੈਲਿਡ ਅਤੇ ਔਥੈਂਟਿਕ ਇਨਫੋਰਮੇਸ਼ਨ ਲਿਆ ਕੇ ਦਈਏ। ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।